ਆਪਣੇ ਮੁੰਡੇ ਨੇ ਸਾਰੇ, ਉੱਪਰ ਦੀ ਨਾ ਟੱਪੋ ਉੱਧਰ ਦੀ ਆ ਜਾਓ, ਆਰਾਮ ਨਾਲ ਆ ਜਾਓ, ਕੋਈ ਨਹੀਂ ਕੋਈ, ਬੈਠੋ ਬੈਠੋ ਬੈਠ ਜਾਓ ਬੈਠ ਜਾਓ ਬੈਠ ਜਾਓ। ਮੀਡੀਆ ਜਿਹੜੇ ਕਰਮਚਾਰੀ ਉਹਨਾਂ ਨੂੰ ਮੈਂ ਇੱਥੇ ਬੁਲਾ ਲੈਂਦੇ ਹਾਂ, ਅੱਗੇ ਬੁਲਾ ਲੈਂਦੇ ਹਾਂ, ਤਾਂ ਕਿ ਉਹਨਾਂ ਦਾ ਵੀ ਜੋ ਡਿਊਟੀ ਆ ਉਹ ਨਿਭਾ ਸਕਣ ਉਹ, ਅਤੇ ਨਾਲ ਨਾਲ ਤੁਹਾਨੂੰ ਵੀ ਕੋਈ ਪਿੱਛੇ ਦੇਖਣ 'ਚ ਜਾਂ ਕੋਈ ਦਿੱਕਤ ਨਾ ਇਸ ਤਰ੍ਹਾਂ ਦੀ ਆਵੇ। ਇਹ ਪਹਿਲਾਂ ਹੀ ਕਰਦਾ ਕਰੋ ਕੰਮ ਯਾਰ, ਹਰ ਵਾਰ ਮੈਨੂੰ ਇਹ ਕਹਿਣਾ ਪੈਂਦਾ, ਪਤਾ ਨਹੀਂ ਕਿਉਂ। ਆਰਾਮ ਨਾਲ ਇੱਥੇ ਲਾ ਲਓ, ਇੱਥੇ ਸਾਹਮਣੇ ਲਾ ਲਓ, ਇੱਥੇ ਆ ਜਾਓ, ਲੈ ਕੇ ਆਉਂਦੇ ਹਾਂ, ਲੈ ਕੇ ਆਉਂਦੇ ਹਾਂ। ਕਿ ਕੌਣ ਹੈ ਸਿਕਿਉਰਿਟੀ ਇੰਚਾਰਜ, ਕੌਣ ਹੈ ਇੱਥੇ, ਇੱਥੇ ਲੈ ਕੇ ਆਓ ਜੀ ਇਹਨਾਂ ਨੂੰ। ਸਾਨੂੰ ਕੋਈ ਖਤਰਾ ਨਹੀਂ ਹੈ ਆਪਣੀ ਨੇ, ਅਸੀਂ ਵੀ ਆਮ ਲੋਕ ਹੀ ਹਾਂ, ਇਹ ਵੀ ਆਮ ਲੋਕ ਹੀ ਨੇ। ਇਹਨੂੰ ਖੋਲ੍ਹ ਕੇ ਇਹਨੂੰ ਅੱਗੇ ਲੈ ਆਓ, ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਤੁਹਾਨੂੰ। ਕਮਾਲ ਹੈ ਯਾਰ, ਐਡੀ ਕੋਈ ਗੱਲ ਨਹੀਂ ਆਉਂਦੀ ਤੁਹਾਡੇ ਤੋਂ, ਆ ਜਾਓ ਇੱਧਰ ਦੀ ਆ ਜਾਓ। ਜਿੰਨੇ ਵੀ ਸਿਕਿਉਰਿਟੀ ਆਫਿਸਰ ਜਾਂ ਕੋਈ ਇੰਚਾਰਜ ਹੈ, ਆਰਾਮ ਨਾਲ ਇੱਧਰ ਦੀ ਲੈ ਆਓ, ਇੱਥੇ ਲੈ ਆਓ ਇਹਨਾਂ ਨੂੰ। ਇਹ ਕਿੱਡੀ ਕੁ ਗੱਲ ਹੈ, ਦੁਨੀਆ ਚੰਦ 'ਤੇ ਚੜ੍ਹ ਗਈ, 7 ਵਜੇ ਬੈਰੀਕੇਡ ਠੀਕ ਨਹੀਂ ਹੋਏ ਅਜੇ ਤੱਕ। ਜਿੰਨੇ ਵੀ ਸਿਕਿਉਰਿਟੀ ਇੰਚਾਰਜ ਯਾਰ ਕੀ ਕਰਦੇ ਉਹਨਾਂ ਨੂੰ, ਹਰ ਵਾਰ ਮੈਨੂੰ ਕਹਿਣਾ ਪੈਂਦਾ, ਲਾਗੀ ਹਰ ਫੰਕਸ਼ਨ 'ਤੇ ਮੈਨੂੰ ਇਹ ਕਹਿਣਾ ਪੈਂਦਾ ਕਿ ਇੱਥੇ ਲੈ ਆਓ। ਆਰਾਮ ਨਾਲ ਆ ਜਾਓ ਬਾਮ ਸਾਹਿਬ, ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਿੱਛੇ ਲੋਕਾਂ ਨੂੰ ਦੇਖਣ 'ਚ ਦਿੱਕਤ ਆਉਂਦੀ ਹੈ ਨਾ, ਉਹਨਾਂ ਨੇ ਵੀ ਆਪਣਾ ਕੰਮ ਕਰਨਾ, ਖੜ੍ਹੇ ਹੋ ਕੇ ਵੀਡੀਓ ਬਣਾਉਣੀ ਹੈ, ਤਾਂ ਪਿੱਛੇ ਫਿਰ ਸਾਰਾ ਟੱਕ ਜਾਣਾ। ਚਲ ਬੈਠ ਜੀ, ਆ ਜਾ, ਆ ਗਏ ਆ ਗਏ ਆ ਗਏ ਸਾਰੇ ਆ ਗਏ, ਖੁੱਲ੍ਹ ਗਿਆ ਖੁੱਲ੍ਹ ਗਿਆ ਰਸਤਾ, ਖੁੱਲ੍ਹ ਗਿਆ। ਸਭ ਤੋਂ ਪਹਿਲਾਂ ਰਾਣੀਆਂ ਕਸਬੇ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ ਛੋਟੇ ਬੱਚੇ, ਖਰਾਬ ਮੌਸਮ ਦੇ ਬਾਵਜੂਦ ਵੀ ਇੱਥੇ ਚੱਲ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਹਰਿਆਣੇ ਦੇ ਵਿੱਚ ਮੇਰੀਆਂ ਦੋ ਰੈਲੀਆਂ ਸੀ, ਮੈਂ ਗੁਹਾਨਾ ਤੋਂ ਆਇਆ, ਹੁਣ ਤੁਹਾਡੇ ਕੋਲ ਰਾਣੀਆਂ ਆਇਆ। ਆਉਣ ਵਾਲੇ ਦਿਨਾਂ ਜਿੱਥੇ ਕਹੋਗੇ ਮੈਂ ਆਊਂਗਾ, ਔਰ ਮੈਨੂੰ ਪਤਾ ਰਾਣੀਆਂ ਕਸਬਾ, ਮੈਂ ਪਹਿਲਾਂ ਬਤੌਰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਵਾਰੀ ਆਉਂਦਾ ਰਿਹਾ, ਫਤਿਹਾਬਾਦ ਕਿੱਲਿਆਂ ਵਾਲੀ, ਰਾਣੀਆਂ ਪੰਜਾਬੀ ਇਲਾਕਾ ਹੈ, ਆਪਣੇ ਦੁੱਖ ਸੁੱਖ ਸਾਂਝੇ ਨੇ, ਆਪਣੀਆਂ ਫਸਲਾਂ ਸਾਂਝੀਆਂ ਨੇ, ਆਪਣੇ ਪਾਣੀ ਦੀ ਪੱਤਣ ਸਾਂਝੀ ਹੈ, ਪਰ ਇੱਕ ਚੀਜ਼ ਹੈ ਸਰਕਾਰ ਨਹੀਂ ਸਾਂਝੀ ਹੈਗੀ। ਦਿੱਲੀ ਅਤੇ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤੁਸੀਂ ਕੋਈ ਹੋਰ ਬਣਾਈ ਫਿਰਦੇ ਹੋ। ਇਸ ਅਕਤੂਬਰ ਦੇ ਵਿੱਚ ਜਦੋਂ ਫਸਲਾਂ ਸਾਂਝੀਆਂ ਨੇ, ਪਾਣੀ ਦਾ ਪੱਤਣ ਸਾਂਝਾ ਹੈ, ਦੁੱਖ ਸੁੱਖ ਸਾਂਝੇ ਨੇ, ਸਰਕਾਰ ਵੀ ਸਾਂਝੀ ਕਰ ਲੈਂਦੇ ਹਾਂ ਫਿਰ ਇਸ ਵਾਰ ਅਕਤੂਬਰ 'ਚ। ਸੋ ਵੀਰੋ, ਪੱਤਰਕਾਰ ਬੰਧੂ ਖੜ੍ਹੇ ਹੈ, ਮੇਰੇ ਭਾਈ ਹੈ, ਮਿੱਤਰ ਹੈ, ਇਹਨਾਂ ਨੇ ਬਹੁਤ ਵਾਰ ਕਵਰੇਜ ਕੀਆ ਹੋਗਾ, ਹਰਿਆਣਾ ਨੇ ਹਰ ਪਾਰਟੀ ਕੋ ਮੌਕਾ ਦਿਆ, ਪੰਜਾਬ ਨੇ ਵੀ ਹਰ ਪਾਰਟੀ ਕੋ ਮੌਕਾ ਦਿਆ, ਹਰਿਆਣਾ ਨੇ ਬੀਜੇਪੀ ਕੋ ਮੌਕਾ ਦਿਆ, ਪੰਜਾਬ ਨੇ ਵੀ ਬੀਜੇਪੀ ਔਰ ਅਕਾਲੀ ਦਲ ਕੋ ਮੌਕਾ ਦਿਆ, ਹਰਿਆਣਾ ਨੇ ਕਾਂਗਰਸ ਕੋ ਮੌਕਾ ਦਿਆ, ਪੰਜਾਬ ਨੇ ਵੀ ਕਾਂਗਰਸ ਕੋ ਮੌਕਾ ਦਿਆ, ਹਰਿਆਣਾ ਨੇ ਇਨੈਲੋ ਕੋ ਮੌਕਾ ਦਿਆ, ਪੰਜਾਬ ਨੇ ਅਕਾਲੀ ਦਲ ਕੋ ਮੌਕਾ ਦਿਆ, ਲੇਕਿਨ ਨਾ ਹਰਿਆਣਾ ਕੋ ਕੁਛ ਮਿਲਾ, ਨਾ ਪੰਜਾਬ ਕੋ ਕੁਛ ਮਿਲਾ। ਤਾਂ ਫਿਰ ਉਹਨਾਂ ਨੇ ਕਿਆ ਕੀਆ, ਹਰਿਆਣਾ ਔਰ ਦਿੱਲੀ ਕੇ ਲੋਕੋ ਨੇ ਕਿਆ ਕੀਆ, ਤੀਸਰਾ ਰਸਤਾ ਚੁਣਾ,
ਹਰਿਆਣੇ ਦੀ ਧਰਤੀ ਤੇ ਮੈਂ ਖੜ ਕੇ ਕਹਿਣਾ, ਇੱਧਰ ਪੰਜਾਬ ਹੈ, ਇੱਧਰ ਦਿੱਲੀ ਹੈ, ਫੋਨ ਕਰਕੇ ਪੁੱਛ ਲਿਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ 8.5 ਸਾਲ ਤੋਂ ਦਿੱਲੀ ਚੱਲ ਰਹੀ ਹੈ, 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ, 44,000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਜੀ, 44,500 ਫੋਨ ਕਰ ਲਿਓ, 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ, ਕੋਈ ਚਾਹ ਦਾ ਕੱਪ ਵੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਵਾਉਣ ਚੱਲਿਆ, ਆ ਢਾਬੇ 'ਤੇ ਖੜਦਿਆਂ ਆ ਚਾਹ ਪੀਣੀ ਹੈ 5 ਕੱਪ, ਆ 5 ਕੱਪਾਂ ਦੇ ਪੈਸੇ ਤੂੰ ਦੇ ਦੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਹੈ, ਜਾਂ ਤੇਰੇ ਬੇਟੇ ਨੌਕਰੀ ਮਿਲ, ਕੋਈ ਬੰਦਾ ਚਾਹ ਦਾ ਕੱਪ ਵੀ ਕਹਿ ਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ, ਮੈਂ ਜ਼ਿੰਮੇਦਾਰ ਹੋਊਂਗਾ। ਇਸ ਕਿਸਮ ਦੀ ਰਾਜਨੀਤੀ ਅਸੀਂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਰਾਮਲੀਲਾ ਗਰਾਊਂਡ 'ਚੋਂ ਹਰਿਆਣੇ ਦੇ ਜੰਮੇ ਹੋਏ, ਇੱਕ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ, ਉੱਥੋਂ ਇੱਕ ਬੱਚਾ ਪੈਦਾ ਹੋਇਆ, ਉੱਥੇ ਆਮ ਘਰ 'ਚ ਪਿਤਾ ਜੀ ਦੁਕਾਨ ਕਰਦੇ ਸੀ, ਬੱਚਾ ਛੋਟਾ ਹੁੰਦਾ ਦੁਕਾਨ 'ਤੇ ਵੀ ਜਾਂਦਾ ਰਿਹਾ ਅਤੇ ਫਿਰ ਪੜ੍ਹਾਈ ਕੀਤੀ, IRS ਅਫਸਰ ਬਣ ਗਿਆ, ਪਰ ਅਫਸਰੀ ਨੂੰ ਲੱਤ ਮਾਰਤੀ ਕਿ ਅਫਸਰ ਬਣ ਕੇ ਮੈਂ ਤਾਂ ਪੈਸੇ ਕਮਾ ਸਕਦਾ ਪਰ ਜਿਹੜੇ ਮੇਰੀ ਜਨਤਾ ਦੇ ਲੁੱਟੀ ਜਾਂਦੇ ਆ ਪਿਛਲੇ 70 ਸਾਲ ਤੋਂ, ਆ ਜਿਹੜੇ ਲੀਡਰ ਨੇ ਉਹਨਾਂ ਦੇ ਮੈਂ ਬਚਾ ਨਹੀਂ ਸਕਦਾ, ਅਫਸਰੀ ਨੂੰ ਲੱਤ ਮਾਰ ਕੇ ਰਾਜਨੀਤੀ 'ਚ ਆ ਗਏ। ਅੱਜ ਉਸ ਬੰਦੇ ਨੂੰ ਕੀ ਲੋੜ ਸੀ ਬਈ, ਉਸ ਬੰਦੇ ਨੂੰ ਕੀ ਲੋੜ ਸੀ ਰਾਜਨੀਤੀ 'ਚ ਆਉਣ ਦੀ, ਇਨਕਮ ਟੈਕਸ ਦਾ ਕਮਿਸ਼ਨਰ ਸੀ ਅਰਵਿੰਦ ਕੇਜਰੀਵਾਲ, ਉਹਦੀ ਘਰਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ, ਦੋਨੋਂ ਮੀਆਂ ਬੀਬੀ ਵੱਡੇ ਅਫਸਰ, ਚਾਹੁੰਦੇ ਤਾਂ ਬਹੁਤ ਪੈਸੇ ਕਮਾ ਲੈਂਦੇ ਅਤੇ ਅੱਜ ਜੇਲ੍ਹ 'ਚ ਬੈਠਾ ਕੇਜਰੀਵਾਲ। ਕਾਰਨ ਕਿਉਂਕਿ ਸੱਤਾਧਾਰੀਆਂ ਨੂੰ ਲੱਗਣ ਲੱਗ ਗਿਆ ਕਿ ਜੇ ਇਹ ਬਾਹਰ ਰਹਿ ਗਿਆ ਇਹਨੇ ਸਾਡੇ ਭੇਤ ਖੋਲ੍ਹ ਦੇਣੇ ਹੈ, ਇਹਨੇ ਦੁਨੀਆਂ ਨੂੰ ਦੱਸ ਦੇਣਾ ਕਿ ਅਸੀਂ ਕਿਵੇਂ ਲੁੱਟਦੇ ਹਾਂ, ਅਤੇ ਉਹ ਬੰਦੇ ਨੂੰ ਅੰਦਰ ਕਰ ਰੱਖਿਆ। ਵੀ ਉਹ ਮੈਨੂੰ ਕੀ ਲੋੜ ਸੀ, ਮੇਰੇ ਪੰਜਾਬੀ ਭਰਾ ਬੈਠੇ ਬਹੁਤ ਜ਼ਿਆਦਾ, ਮੈਂ ਤਾਂ 17.5 ਸਾਲ ਦੀ ਉਮਰ 'ਚ ਸੁਪਰ ਸਟਾਰ ਬਣਾਤਾ ਸੀ ਪੰਜਾਬੀਆਂ ਨੇ, ਮੈਨੂੰ ਕੀ ਲੋੜ ਸੀ, ਵੀ ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ, ਲੱਖਾਂ ਰੁਪਈਆ ਲੈਂਦਾ ਸੀ ਮੈਂ ਇੱਕ ਸ਼ੋਅ ਦੇ, ਮੈਂ ਬਾਲੀਵੁੱਡ ਦੇ, ਮੈਂ ਲਫਟਰ ਚੈਲੰਜ ਦੇ, ਮੈਂ ਫਿਲਮਾਂ 'ਚ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ। ਆ ਜਿੰਨੇ ਹੁਣ ਪੰਜਾਬੀ ਫਿਲਮਾਂ 'ਚ ਮੁੰਡੇ ਆਉਂਦੇ ਆ ਸਾਰੇ ਮੇਰੇ ਹੀ ਨੇ, ਜੁਗਨੂ ਵਾਲੀ ਟੀਮ ਹੀ ਆ ਸਾਰੀ, ਤੁਸੀਂ ਦੇਖਦੇ ਰਹੇ ਹੋ। ਕੀ ਲੋੜ ਸੀ ਬਈ, ਕੀ ਲੋੜ ਸੀ ਇਹਨਾਂ ਤੋਂ ਗਾਲਾਂ ਖਾਣ ਦੀ, ਕੀ ਲੋੜ ਸੀ ਇਹਨਾਂ ਤੋਂ ਆਲੋਚਨਾ ਚੱਲਣ ਦੀ। ਪਰ ਮਿੱਤਰੋ, ਸਿਆਣੇ ਕਹਿੰਦੇ ਆ ਜੇ ਗਟਰ ਸਾਫ਼ ਕਰਨਾ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ, ਤਾਂ ਖੜ ਕੇ ਰੌਲਾ ਪਾ ਕੇ ਕੁਛ ਨਹੀਂ ਬਣਦਾ। ਜੇ ਨਰਮੇ ਨੂੰ ਸੁੰਡੀ ਲੱਗੀ, ਜੇ ਕਪਾਹ ਨੂੰ ਸੁੰਡੀ ਲੱਗੀ, ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ, ਉਹ ਸਪਰੇਅ ਦੀ ਢੋਲੀ ਲੈ ਕੇ ਮੋਢੇ 'ਤੇ ਧਰ ਕੇ ਅੰਦਰ ਵੜ ਕੇ ਐਂ ਸਪਰੇਅ ਕਰਨੀ ਪੈਂਦੀ, ਅਤੇ ਨਾਲ ਹਰੇਕ 2 ਢੋਲੀਆਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ, ਕੀ ਪਤਾ ਕਦੋਂ ਚੜ੍ਹ ਜੇ। ਮੈਂ ਤਾਂ ਕੀਤਾ ਹੋਇਆ ਸਾਰਾ ਕੁਛ ਨਾ, ਕੀ ਲੋੜ ਸੀ ਸਾਨੂੰ ਮੇਰੇ ਵਰਗੇ। ਪਰ ਰਾਣੀਆਂ ਵਾਲਿਓ, ਜਿੰਨਾ ਤੁਸੀਂ ਪਿਆਰ ਦੇ ਰਹੇ ਹੋ, ਮੈਨੂੰ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ 'ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ, ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦੇ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਅਸੀਂ ਗੁਰੂ ਨਾਨਕ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਸਦਾਨੀ ਦੇ ਕਦਮ ਚਿੰਨ੍ਹਾਂ ਵਾਲੇ ਹਾਂ। ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਕਿ ਗਰੀਬਾਂ ਦੇ ਹੱਕ 'ਚ ਖੜਨਾ ਵੀ ਹੈ ਅਤੇ ਗਰੀਬਾਂ ਦੇ ਹੱਕ 'ਚ ਲੜਨਾ ਵੀ ਹੈ, ਇਹ ਸਾਨੂੰ ਸਿੱਖਿਆ ਮਿਲੀ ਹੈ ਗੁਰੂਆਂ 'ਚੋਂ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਆਹ ਗੱਲ ਸੁਣਨ ਵਾਲੀ ਹੈ, ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਹੀ ਲਾ ਲੈਂਦਾ। ਵੀ ਬਹੁਤ ਮਸ਼ਹੂਰ ਕਲਾਕਾਰ ਸੀ, ਤੈਂ ਕੀ ਲੈਣਾ ਸੀ ਇਹਨਾਂ ਪੰਗਿਆਂ ਤੋਂ, ਉੱਧਰੋਂ 1 ਕਰੋੜਾਂ ਰੁਪਈਆ ਕਮਾ ਲੈਂਦਾ। ਜਿੰਨਾ ਸਮਾਂ, ਹਰ ਗੱਲ
ਪੈਸੇ ਵਾਸਤੇ ਨਹੀਂ ਹੁੰਦੀ ਆਹ ਗੱਲ ਧਿਆਨ ਨਾਲ ਸੁਣ ਲਿਓ ਰਾਣੀਆਂ ਵਾਲਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਗਵਾਂਢੀਆਂ ਨੂੰ ਫੋਨ ਕਰਕੇ ਦੱਸਿਓ ਰਾਣੀਆਂ ਵਾਲੀ ਅਨਾਜ ਮੰਡੀ ਦੇ ਵਿੱਚ ਭਗਵੰਤ ਮਾਨ ਨੇ ਆਹ ਗੱਲ ਕਹੀ ਸੀ ਕਿ ਗੱਲ ਹਰ ਗੱਲ ਪੈਸਾ ਕਮਾਉਣ ਵਾਸਤੇ ਨਹੀਂ ਹੁੰਦੀ ਔਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਦੋਸਤ ਵੀ ਕਮਾਉਣੇ ਹੁੰਦੇ ਆ ਇੱਜ਼ਤ ਵੀ ਕਮਾਉਣੀ ਹੁੰਦੀ ਹੈ ਕਿਸੇ ਗਰੀਬ ਦੇ ਹੱਕ 'ਚ ਵੀ ਖੜਨਾ ਹੁੰਦਾ ਸਾਨੂੰ ਕਿਵੇਂ ਦੱਸਿਆ ਗੁਰੂ ਸਾਹਿਬ ਨੇ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਹੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੁਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ ਫਿਰ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਉਹ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਆਪਦਾ ਹੀ ਆਪਣਾ ਸਵਾਦ ਹੁੰਦਾ ਸੋ ਮੈਂ ਤਾਂ ਤੁਹਾਡੇ ਕੋਲ ਆਇਆ 75 ਸਾਲ ਹੋ ਗਏ ਯਾਦ ਹੋਇਆ ਨੂੰ 3 ਪੀੜ੍ਹੀਆਂ ਹੋ ਗਈਆਂ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਕੋਈ 80 ਕੁ ਸਾਲ ਦੇ ਹੋਣਗੇ ਸ਼ਾਇਦ ਉਦੋਂ 5 ਸਾਲ ਦੇ ਹੋਣਗੇ ਜਦੋਂ ਦੇਸ਼ ਆਜ਼ਾਦ ਹੋਇਆ ਹੋਊਗਾ 7 ਸਾਲ ਦੇ ਹੋਣਗੇ ਉੱਧਰੋਂ ਪਾਕਿਸਤਾਨ ਵੱਲੋਂ ਵੀ ਆਏ ਹਾਂ ਉੱਜੜ ਕੇ ਇੱਥੇ ਫਿਰ ਇੱਥੇ ਦੁਬਾਰੇ ਵਸਣਾ ਪੈ ਗਿਆ ਕੀ ਕਰੀਏ ਆਜ਼ਾਦੀ ਦਾ ਮੈਨੂੰ ਇਹ ਦੱਸੋ ਕੁਰਸੀਆਂ ਦੇ ਭੁੱਖੇ ਲੀਡਰ ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਫੱਲੇ ਫੁੱਲਾਂ ਜੋਗੀ ਰਹਿ ਗਏ ਆ 75 ਸਾਲ ਹੋ ਗਏ ਉਹ ਮੰਗਲ ਗ੍ਰਹਿ ਤੇ ਇੱਕ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਤੇ ਅਸੀਂ ਹਜੇ ਸੀਵਰੇ ਦੇ ਢੱਕਣ ਨਹੀਂ ਪੂਰੇ ਕਰ ਸਕੇ ਸੀਵਰੇ ਦੇ ਢੱਕਣ ਪੂਰੇ ਕਰੋ ਜੀ ਆਹ ਪਿੰਡ ਦਾ ਟੋਬਾ ਆ ਪਿੰਡ ਦਾ ਛੱਪੜ ਸਾਥੋਂ ਆਹ ਠੀਕ ਨਹੀਂ ਹੋਏ ਯਾਰ 75 ਸਾਲ 'ਚ 75 ਸਾਲ 'ਚ ਕੀ ਖੱਟਿਆ ਬੋਟਾ ਬਾਬਾ ਕੇ ਇਹਨਾਂ ਨੂੰ ਸਾਡੇ ਤਾਂ ਗੂਠੇ ਵੀ ਨੀਲੇ ਰੰਗ ਦੇ ਹੋ ਗਏ ਇਹਨਾਂ ਨੂੰ ਬੋਟਾ ਪਾ ਪਾ ਕੇ ਗੂਠੇ ਲਾ ਲਾ ਕੇ ਇਹਨਾਂ ਦੇ ਹੱਕ 'ਚ ਤੇ ਇਹਨਾਂ ਨੇ ਕੀ ਕੀਤਾ ਕਿਸੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਆਹ ਲੀਡਰ ਹੈ ਬਹੁਤ ਵੱਡਾ ਪਰ ਇਹਦਾ ਮੁੰਡਾ ਬੇਰੁਜ਼ਗਾਰ ਹੈ ਨਾ 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 ਇਹ ਕੰਮ ਆਪਣੇ ਵਾਸਤੇ ਰੱਖਿਆ ਹੋਇਆ ਇਹਨਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਵਾਸਤੇ ਅਸੀਂ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਸਤੇ ਰਹਿ ਗਏ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਇਹਨਾਂ ਨੇ ਕੀ ਕੀਤਾ ਹੁਣ ਤੱਕ ਇਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਸੋਚਿਆ ਹੀ ਨਹੀਂ ਇਹਨਾਂ ਨੇ ਸਾਡੇ ਧੀਆਂ ਪੁੱਤਾਂ ਬਾਰੇ ਸੋਚਿਆ ਹੀ ਨਹੀਂ ਇਹਨਾਂ ਨੇ ਸੋਚਿਆ ਆਪਣੇ ਪੁੱਤ ਆਪਣੇ ਭਾਣਜੇ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇਹ ਤੂੰ ਗਾਂ ਸੋਚਿਆ ਹੀ ਨਹੀਂ ਬਸ ਇਹਨਾਂ ਦੀ ਆਉਂਦੇ ਆ ਜੀ ਅੱਗੇ ਅਸੀਂ ਆ ਰਹਿ ਗਏ ਜੀ ਇੱਥੇ ਵੋਟਾਂ ਪਾਈ ਚੱਲੋ ਜ਼ਿੰਦਾਬਾਦ ਕਰੀ ਚੱਲੋ ਮੁਰਦਾਬਾਦ ਕਰੀ ਜਾਓ ਆ ਜਾ ਕਰੋ ਨਾਰੇ ਲਾ ਜਾ ਕਰੋ ਘਰੇ ਚਲੇ ਜਾਇਆ ਕਰੋ ਅਗਲਿਆਂ ਦੀ ਰੈਲੀ ਆ ਪਰਸੋਂ ਨੂੰ ਉਹਨਾਂ ਦੇ ਨਾਰੇ ਲਾ ਦਿਓ ਰੋਟੀ ਖਵਾਵਾਂਗੇ ਤੁਹਾਨੂੰ ਜਾਂਦੇ ਹੋਏ ਨੂੰ ਕੋਈ ਕੁਛ ਹੋਰ ਸਮਾਨ ਵੀ ਦੇਵਾਂਗੇ ਨਾਰੇ ਲਾ ਲਿਆ ਕਰੋ ਬਸ ਸਤਿ ਸ਼੍ਰੀ ਅਕਾਲ ਆਹ ਕੰਮ 'ਤੇ ਰੱਖਿਆ ਯਾਰ ਆਪਾਂ ਭੇਡਾਂ ਬੱਕਰੀਆਂ ਬਣਾ ਕੇ ਰੱਖਿਆ ਯਾਰ ਲੋਕ ਭੇਡਾਂ ਬੱਕਰੇ ਨਹੀਂ ਹੈਗੇ ਮੈਂ ਕਹਿਣਾ ਚਾਹੁੰਦਾ ਇਹਨਾਂ ਲੀਡਰਾਂ ਨੂੰ ਉਹ ਲੋਕ ਚੁੱਪ ਰਹਿਣ 5 ਸਾਲ ਔਰ ਲੋਕ ਬੁੱਲ ਸਿਉਂ ਲੈਣ 10 ਸਾਲ ਲੋਕ ਦਿਲ 'ਤੇ ਪੱਥਰ ਰੱਖ ਲੈ 15 ਸਾਲ ਲੋਕ ਮਨ ਕੋ ਸਮਝਾ ਲੈ ਮਨ ਮਾਰ ਲੈ 20 ਸਾਲ ਪਰ ਜਦੋਂ 20 ਸਾਲ ਬਾਅਦ ਲੋਕ ਉੱਠ ਖੜਦੇ ਆ ਨਾ
ਜਦੋਂ ਲੋਕ ਜਾਗਦੇ ਆ ਨਾ ਫਿਰ 20 ਸਾਲਾਂ ਦਾ ਹਿਸਾਬ 20 ਮਿੰਟਾਂ 'ਚ ਲੈ ਲੈਂਦੇ ਆ। ਉਹ ਬੰਗਲਾਦੇਸ਼ ਵਾਲੀ ਸ਼ੇਖ ਹਸੀਨਾ ਨੂੰ ਪੁੱਛ ਕੇ ਦੇਖ ਲਿਓ ਵੀ ਕਿਵੇਂ ਹੁੰਦਾ ਹਿਸਾਬ, ਪੁੱਛ ਲਿਓ। 40 ਮਿੰਟਾਂ 'ਚ ਭੱਜਣਾ ਪੈ ਗਿਆ। ਜਦੋਂ ਲੋਕ ਉੱਠ ਖੜੇ, ਪਬਲਿਕ ਹੈ ਬਾਲੇ ਸਾਡੇ ਇਮਤਿਹਾਨ ਨਾ ਲਓ, ਉਹ ਸਾਡੇ ਸਬਰ ਦੇ ਇਮਤਿਹਾਨ ਨਾ ਲਓ। ਜਦੋਂ ਚੱਕ ਕੇ ਬੰਦਾ ਜਿਹੜਾ ਮਰਜ਼ੀ ਕੋਈ ਕੰਮ ਕਰਦਾ ਚੱਕ ਕੇ ਅੰਦਰ ਮਾਰੋ ਜੀ। ਕੇਜਰੀਵਾਲ ਅੰਦਰ ਕਰ ਦਿਓ, ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿਓ, ਸਤਿੰਦਰ ਜੈਨ ਨੂੰ ਅੰਦਰ ਕਰ ਦਿਓ, ਸੰਜੇ ਸਿੰਘ ਨੂੰ ਅੰਦਰ ਕਰ ਦਿਓ, ਹੇਮੰਤ ਸੋਰੇਨ ਨੂੰ ਅੱਗੇ ਜਿਹੜਾ ਬੋਲਦਾ ਅੰਦਰ ਕਰ ਦਿਓ। ਕੀ ਗੱਲ ਜੀ, ਠੇਕਾ ਲਿਆ ਤੁਸੀਂ? ਸੋ ਇਸ ਕਰਕੇ ਵੀਰੋ ਇਹ ਗਲਤ ਗੱਲ ਹੈ। ਕਿੰਨਾ ਚਿਰ ਦੱਬ ਲੈਣਗੇ? ਹਕੂਮਤ ਵੋ ਕਰਤੇ ਹੈ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਇਹਨਾਂ ਕੋਲ ਕੱਖ ਨਹੀਂ, ਕੁਛ ਨਹੀਂ ਹੈਗਾ ਇਹਨਾਂ ਕੋਲ, ਸਿਰਫ ਜੁਮਲੇ ਨੇ ਜੁਮਲੇ। ਮੈਂ ਤਾਂ ਪਾਰਲੀਮੈਂਟ 'ਚ ਬੋਲਤਾ ਸੀ, ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ। ਨਾ ਆਪਾਂ ਕਿਸੇ ਨੂੰ ਨਾ ਪੈਸੇ ਕਮਾਉਣੇ ਆ, ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ। ਆਪਣਾ ਸਿੱਧਾ ਹਿਸਾਬ ਹੈ, ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ, ਨਾ ਮੈਂ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ, ਨਾ ਮੈਂ ਢਾਬਿਆਂ 'ਚ ਹਿੱਸਾ ਪਾਉਣਾ, ਨਾ ਮੈਂ ਠੇਕਿਆਂ 'ਚ ਹਿੱਸਾ ਪਾਉਣਾ। ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਅਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਜ਼ਰੂਰ ਪਾਉਣਾ, ਉੱਥੇ ਪਾਉਂਗੇ ਸਰ, ਮੇਰਾ ਕੀ ਕਰ ਲੈਣਗੇ। ਇਹ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ। ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ, ਉਹਨੇ ਗਾਹਾਂ ਦੀ ਗਾਹਾਂ ਗੱਲ ਦੱਸੀ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰ ਦਿਓ, ਬਸ ਗੱਲ ਇੱਥੇ ਹੀ ਰਹੇ ਬਸ। ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ, ਫਿਰ ਗਾਹਾਂ ਲੰਘ ਜਾਂਦੀ ਹੈ। ਉਹ ਕਹਿੰਦਾ ਕੇਜਰੀਵਾਲ, ਸੁਨੀਤਾ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ, ਭਗਵੰਤ ਮਾਨ, ਜਿੰਨੀਆਂ ਮਰਜ਼ੀ ਹਰਿਆਣੇ 'ਚ ਰੈਲੀਆਂ ਕਰ ਲੈਣ, ਸਾਡੇ ਕੋਲ ਪੈਸੇ ਬਹੁਤ ਹੈ। ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ, 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਅਤੇ ਜਿੱਤ ਜਾਂਗੇ। ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲ ਪੈਸੇ ਹੈਗੇ ਨੇ। ਵੀਰੋ ਰਾਣੀਆਂ ਵਾਲਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ, ਕਿਰਪਾ ਕਰਕੇ ਜਵਾਬ ਨਾ ਦੇ ਦਿਓ, ਲੈ ਲਿਓ ਲੈ ਲਿਓ। ਉਹ ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਲਕਸ਼ਮੀ ਨਹੀਂ ਮੋੜੀ ਦੀ ਹੁੰਦੀ, ਉਹ ਤੁਹਾਡੇ ਹੀ ਨੇ। ਇਹਨਾਂ ਨੇ ਕਿਹੜਾ ਨਰਮਾ ਬੀਜਿਆ, ਤੁਹਾਡੇ ਪੈਸੇ ਨੇ। ਬਸ ਇੰਨਾ ਕੁ ਕਰ ਦਿਓ ਵੀ ਹਾਂ, ਅਤੇ ਵੋਟਾਂ ਵਾਲੇ ਦਿਨ ਝਾੜੂ ਵਾਲਾ ਬਟਨ ਦੱਬ ਕੇ ਵੀ ਹਾਂ, ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ, ਬਾਕੀ ਨੂੰ ਮਾਫ ਹੈ। ਬੜਾ ਸਮਝਦਾਰ ਇਲਾਕਾ, ਬੜਾ ਸਮਝਦਾਰ ਇਲਾਕਾ ਬਈ, ਇਹ ਸਾਰੇ ਸਮਝ ਗਏ ਆਹੀ ਕੰਮ ਕਰਨਾ। ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ, ਬਾਕੀ ਪਰਮਾਤਮਾ 2 ਵਾਰੀ ਅਰਦਾਸ ਇਹੀ ਕਰੀਦੀ ਆ, ਪਰਮਾਤਮਾ ਉਹ ਜਿੰਨੀ ਕੁ ਇੱਜ਼ਤ ਬਣਾਤੀ ਇੰਨੀ ਕੁ ਕਾਇਮ ਰੱਖੀ, ਭਾਵੇਂ ਵਧਾਈ ਨਾ ਪਰ ਕਟਣ ਨਾ ਦੇਈਂ। ਉਹ ਮੇਰੇ ਤੋਂ ਕੋਈ ਇਹੋ ਜਿਹੀ ਫੈਲ ਨਾ ਸਹਿਣ ਕਲਾ ਨਹੀਂ ਰੱਬਾ, ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ। ਮੇਰੇ ਤੋਂ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਦੇ ਘਰ 'ਚ ਤਰੱਕੀ ਦਾ ਦੀਵਾ ਜਗਦਾ ਹੋਵੇ, ਤਰੱਕੀ ਹੁੰਦੀ ਹੋਵੇ ਉਸ ਘਰ 'ਚ। ਸੋ ਵੀਰੋ ਇਹਨਾਂ ਦੇ ਮਗਰ ਨਾ ਲੱਗਿਓ। ਅੱਛਾ ਹੁਣ ਤੁਹਾਨੂੰ ਲੋਲੀਪੋਪ ਦੇਣਗੇ, ਇੱਕ ਤਾਂ ਦੇਤਾ ਵੀ 100 ਰੁਪਈਆ ਸਿਲੰਡਰ ਸਸਤਾ। ਇਹਨਾਂ ਨੂੰ ਪੁੱਛੋ 1000 ਰੁਪਈਆ ਮਹਿੰਗਾ ਕਿਹਨੇ ਕੀਤਾ ਸੀ, 100 ਰੁਪਈਆ ਸਸਤਾ ਤਾਂ ਕਹਿਤਾ, 1000 ਰੁਪਈਆ ਮਹਿੰਗਾ ਕਿਹਨੇ ਕੀਤਾ ਸੀ, ਇਹ ਵੀ ਸੋਚ ਲਿਆ ਕਰੋ। ਆਪਾਂ ਸੋਚਣ ਲੱਗਦੇ ਨੇ ਇਕੱਲਾ ਇਹ ਵੀ ਸਸਤਾ ਕਰਤਾ ਯਾਰ, ਹੈਂ ਉਹ ਭਾਈ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਤਾਂ ਦੇਖ ਲਓ। ਇੱਕ ਨਾ ਪਰਿਵਾਰ ਸੀ, ਕੁੜੀ ਦੀ ਸ਼ਾਦੀ ਸੀ, ਇਕਲੌਤੀ ਲਾਡਲੀ ਕੁੜੀ ਸੀ, ਜ਼ਿਮੀਂਦਾਰ ਪਰਿਵਾਰ ਸੀ, ਵਧੀਆ ਖਾਂਦਾ ਪੀਂਦਾ ਪਰਿਵਾਰ ਸੀ। ਉਹਨਾਂ ਨੇ ਕਿਹਾ ਧੂਮ ਧਾਮ ਨਾਲ ਸ਼ਾਦੀ ਕਰਾਂਗੇ, ਇਕਲੌਤੀ ਕੁੜੀ ਹੈ। ਉਹਨਾਂ ਨੇ ਕੁੜੀ ਨੂੰ ਵਿਦਾ ਕਰਨ ਵਾਸਤੇ ਸਮਾਨ, ਮਹਿੰਗੀਆਂ ਅਲਮਾਰੀਆਂ, ਮਹਿੰਗੇ ਟੀਵੀ, ਮਹਿੰਗੇ ਬੈੱਡ,
ਪੂਰੇ ਸੋਨੇ ਦੇ ਚਾਂਦੀ ਦੇ ਜੇਵਰਾਤ ਪੂਰਾ ਖਰੀਦ ਲਿਆ ਸਮਾਨ। ਕਹਿੰਦੇ ਕੁੜੀ ਨੂੰ ਵਿਦਾ ਕਰਾਂਗੇ, ਕੱਲ੍ਹ ਨੂੰ ਬਰਾਤ ਆਉਣੀ ਸੀ, ਅੱਜ ਰਾਤ ਨੂੰ ਪਤਾ ਲੱਗ ਗਿਆ ਡਾਕੂਆਂ ਨੂੰ ਵੀ ਇਸ ਘਰੇ ਮਾਲ ਹੈ, ਇਸ ਘਰ 'ਚ ਮਾਲ ਹੈ। ਆ ਹੁਣ ਦੇਖ ਲਿਓ, ਸੋਚ ਲਿਓ ਵੀ ਕਿਵੇਂ ਲੋਲੀਪੋਪ ਤੋਂ ਬਚਣਾ। ਡਾਕੂ ਆ ਗਏ, ਟਰੱਕ ਲੈ ਕੇ ਆ ਗਏ ਡਾਕੂ। ਉਹਨਾਂ ਨੇ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ 'ਚ ਕੀਤਾ ਬੰਦ, ਬਾਹਰੋਂ ਲਾਈ ਕੁੰਡੀ, ਸਾਰਾ ਸਮਾਨ ਵਿੱਚ ਹੀ, ਅਲਮਾਰੀਆਂ ਵਿੱਚ ਹੀ, ਸੋਫਾ ਸੈੱਟ 'ਚ ਉਹ ਸਭ ਟਰੱਕ 'ਚ ਲੱਦ ਲਏ, ਸੋਨਾ ਸੋਨਾ ਲੁੱਟ ਲਿਆ, ਟਰੱਕ ਦਾ ਡਾਲਾ ਬੰਦ ਕਰਕੇ ਤੁਰਨ ਲੱਗੇ। ਤਾਂ ਡਾਕੂਆਂ ਦਾ ਸਰਦਾਰ ਕਹਿੰਦਾ, ਨਹੀਂ ਮੁਝੇ ਯੇ ਬਤਾਓ, ਲੜਕੀ ਕਾ ਪਰਿਵਾਰ ਕੌਣ ਸੇ ਕਮਰੇ ਮੇਂ ਬੰਦ ਹੈ? ਉਹ ਕਹਿੰਦੇ, ਸਰਦਾਰ ਇਸ ਕਮਰੇ ਮੇਂ ਬੰਦ ਹੈ, ਇਸਕੀ ਕੁੰਡੀ ਖੋਲੋ। ਲੜਕੀ ਦਾ ਪਰਿਵਾਰ ਜਿਹੜੇ ਬੰਦ ਸੀ, ਕੁੰਡੀ ਖੋਲੀ, ਅੰਦਰ ਗਿਆ ਡਾਕੂਆਂ ਦਾ ਸਰਦਾਰ ਕੋਲੇ, ਉਹਦੇ ਕੋਲੇ ਰਾਈਫਲ। ਕਹਿੰਦਾ, ਕੌਣ ਸੀ ਲੜਕੀ ਕੀ ਸ਼ਾਦੀ ਹੈ? ਉਹ ਵਿਚਾਰੀ ਇੱਕ ਲੜਕੀ ਖੜੀ ਹੋ ਗਈ ਡਰਦੀ ਡਰਦੀ, ਕਹਿੰਦੀ ਜੀ ਮੇਰੀ ਸ਼ਾਦੀ ਹੈ। ਡਾਕੂਆਂ ਦੇ ਸਰਦਾਰ ਨੇ ਜੇਬ 'ਚ ਹੱਥ ਪਾਇਆ, ਉਹਨੂੰ 100 ਰੁਪਇਆ ਸ਼ਗਨ ਦਿੱਤਾ। ਕਹਿੰਦਾ, ਪੁੱਤ ਆਹ ਲੈ, ਜਿਉਂਦੀ ਵਸਦੀ ਰਹਿ, ਬੁੱਢ ਸਾਧਨ ਹੋਵੇਂ, ਪਰਮਾਤਮਾ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ, ਜੋੜੀ ਬਣੀ ਰਹੇ ਪੁੱਤ, ਬਹੁਤ ਬਹੁਤ, ਨਾਲੇ ਸਿਰ ਪਰੋਸਤਾ। ਉਹ ਤੋਂ ਬਾਅਦ ਲੁੱਟ ਕੇ ਚਲੇ ਗਏ। ਅਗਲੇ ਦਿਨ ਪੁਲਿਸ ਆ ਗਈ, ਉਹ ਰਾਣੀਆਂ ਵਾਲਿਓ, ਅਗਲੇ ਦਿਨ ਪੁਲਿਸ ਨੂੰ ਉਹ ਕੁੜੀ ਵਾਲਿਆਂ ਦੇ ਪਰਿਵਾਰ 'ਚੋਂ ਕੋਈ ਬੰਦਾ FIR ਲਿਖਾਉਣ ਨੂੰ ਤਿਆਰ ਨਹੀਂ ਹੋਇਆ। ਕਹਿੰਦੇ, ਲੁੱਟ ਕੇ ਭਾਵੇਂ ਲੈ ਗਏ, ਬੰਦੇ ਬਹੁਤ ਚੰਗੇ ਸੀ, 100 ਰੁਪਇਆ ਸ਼ਗਨ ਦੇ ਗਏ। ਲੈ ਕੀ ਕਰਨਾ, ਹਜੇ ਸ਼ਗਨ ਜਾਂ ਜੋ ਲੁੱਟ ਕੇ ਲੈ ਗਏ, ਅਤੇ ਆਪਾਂ ਵੀ ਐਂ ਕਰ ਲੈਂਦੇ ਹਾਂ। 4.5 ਸਾਲ ਮੋਦੀ ਨੇ ਲੂਟ ਤਾਂ ਲਿਆ, ਲੇਕਿਨ 100 ਰੁਪਇਆ ਸਿਲੰਡਰ ਸਸਤਾ ਕਰ ਦਿਆ। ਲੈ ਇਸ ਚੱਕਰ 'ਚ ਫਸਿਆ ਨਹੀਂ ਯਾਰ, ਇਹਨਾਂ ਚੱਕਰਾਂ 'ਚ ਨਾ ਫਸਿਓ, ਇਹ ਆਉਣਗੇ ਤੁਹਾਡੇ ਕੋਲ। ਸੱਚੀਆਂ ਗੱਲਾਂ ਨੇ, ਸੱਚੀਆਂ ਨੇ, ਤਾੜੀ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ। ਸੋ ਵੀਰੋ, ਇਹਨਾਂ ਦਾ ਕੋਈ ਯਕੀਨ ਨਹੀਂ, ਜੁਮਲੇ ਸੁਣਾਉਂਦੇ ਹੈ, ਝੂਠ 'ਤੇ ਝੂਠ ਚੱਲ ਰਿਹਾ। ਮੈਂ ਤਾਂ ਪਾਰਲੀਮੈਂਟ 'ਚ ਬੋਲਤਾ ਸੀ, ਮੈਂ ਕਿਹਾ, ਮੋਦੀ ਜੀ 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਤੀ ਹੈ, 15 ਲੱਖ ਕੀ ਰਕਮ ਲਿਖਤਾ ਹੂੰ ਤੋ ਕਲਮ ਰੁਕ ਜਾਤੀ ਹੈ, ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਸਿਆਹੀ ਸੂਖ ਜਾਤੀ ਹੈ। ਹਰ ਬਾਤ ਹੀ ਜੁਮਲਾ ਨਿਕਲੀ, ਅਬ ਤੋ ਇਹ ਵੀ ਸ਼ੱਕ ਹੈ, ਕਿਆ ਚਾਏ ਬਣਾਉਣੀ ਆਉਂਦੀ ਹੈ? ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ, ਇੰਨਾ ਝੂਠ ਯਾਰ, ਇੰਨਾ ਝੂਠ। ਸੋ ਇਹ ਮੈਨੂੰ ਕਹਿੰਦੇ ਤੁਹਾਡੇ ਕੋਲ ਪੈਸੇ ਨਹੀਂ, ਮੈਂ ਕਿਹਾ ਬਿਲਕੁਲ ਨਹੀਂ। ਕਹਿੰਦੇ ਤੁਹਾਡੇ ਕੋਲ ਸਾਡੇ ਵਾਂਗੂ ਗੁੰਡਾਗਰਦੀ ਨਹੀਂ, ਮੈਂ ਕਿਹਾ ਬਿਲਕੁਲ ਗੁੰਡਾਗਰਦੀ ਨਹੀਂ ਕਰਦੇ। ਕਹਿੰਦੇ ਤੁਸੀਂ ਧਰਮ ਦੀਆਂ ਮੰਦਰਾਂ ਮਸਜਿਦਾਂ ਦੀਆਂ ਗੱਲਾਂ ਨਹੀਂ ਕਰਦੇ, ਮੈਂ ਕਿਹਾ ਜੀ ਅਸੀਂ ਨਹੀਂ ਕਰਦੇ, ਅਸੀਂ ਤਾਂ ਸਕੂਲਾਂ ਦੀਆਂ ਹਸਪਤਾਲਾਂ ਦੀਆਂ ਕਰਦੇ ਹਾਂ, ਫਿਰ ਕਿਵੇਂ ਜਿੱਤੋਗੇ? ਉਹ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲ ਹੈ ਉਹ ਫਿਰ ਤੁਹਾਡੇ ਕੋਲ ਨਹੀਂ ਹੈਗਾ। ਕਹਿੰਦੇ ਵੀ ਕੀ? ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲ ਹੈ ਉਹ ਤੁਹਾਡੇ ਕੋਲ ਨਹੀਂ। ਕਹਿੰਦਾ ਵੀ ਕੀ? ਮੈਂ ਇਹਨੂੰ ਇੱਕ ਛੋਟੀ ਜਿਹੀ ਗੱਲ ਸੁਣਾਈ, ਮੇਰੀ ਦਾਦੀ ਮੈਨੂੰ ਇਹ ਬਾਤ ਸੁਣਾਉਂਦੀ ਹੁੰਦੀ ਸੀ ਜਦੋਂ ਛੋਟੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਅਤੇ ਬਾਬਾ ਮਰਦਾਨਾ ਉਦਾਸੀਆਂ 'ਤੇ ਤੁਰੇ ਫਿਰਦੇ ਸੀ ਦੁਨੀਆ 'ਚ, ਸੁਧਾਰ ਕਰਦੇ, ਲੋਕਾਂ ਨੂੰ ਸੱਚ ਦਾ ਹੋਕਾ ਦਿੰਦੇ, ਕਿਸੇ ਪਿੰਡ ਦੀ ਜੂਹ 'ਤੇ ਠਹਿਰੇ ਤਾਂ ਗੁਰੂ ਸਾਹਿਬ ਨੇ ਕਿਹਾ, ਮਰਦਾਨਿਆਂ ਰਬਾਬ ਛੇੜ, ਬਾਣੀ ਉਚਰਨੀ ਹੈ। ਮਰਦਾਨੇ ਬਾਬੇ ਨੇ ਰਬਾਬ ਛੇੜੀ, ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ, ਧੁਰ ਕੀ ਬਾਣੀ। ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂਹ 'ਤੇ ਕੋਈ ਫਕੀਰ ਆ ਗਿਆ, ਕੋਈ ਰੱਬ ਦਾ ਬੰਦਾ ਆ ਗਿਆ, ਉਹ ਸਿੱਧੀ ਆ ਉਹ ਰੱਬ ਨਾਲ, ਜੇ ਉਹਦੀ ਸਤਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ, ਚਲੋ ਉਹਦੇ ਨਾਲ ਚੱਲਦੇ ਹਾਂ। ਆਹ ਦੇਖ ਲਿਓ, ਇਹ ਗੱਲ ਵੀ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਕਿ ਜੋ ਉਹਨਾਂ ਕੋਲ ਹੈ ਉਹ ਸਾਡੇ ਕੋਲ ਨਹੀਂ, ਪਰ ਜੋ ਸਾਡੇ ਕੋਲ ਉਹਨਾਂ ਕੋਲ ਨਹੀਂ। ਤਾਂ ਗੁਰੂ ਸਾਹਿਬ ਕਹਿੰਦੇ ਲੋਕਾਂ ਨੂੰ, ਭਾਈ ਤੁਸੀਂ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਲੋਕ, ਅਸੀਂ ਤੁਹਾਡੇ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਹੈ, ਸਾਡੀਆਂ ਰਾਹਾਂ ਸੱਚ ਵਾਲੀਆਂ ਨੇ, ਅਸੀਂ ਸੱਚ ਦੇ ਰਾਹਾਂ 'ਤੇ ਪਾਉਂਦੀ ਹਾਂ, ਤੁਹਾਡੇ ਤੋਂ ਤੁਰਿਆ ਨਹੀਂ ਜਾਣਾ। ਤੁਸੀਂ ਗ੍ਰਹਿਸਤੀ ਵਾਲੇ ਹੋ, ਤੁਸੀਂ ਆਮ ਜੀਵਨ ਵਾਲੇ ਹੋ, ਤੁਹਾਡੇ ਤੋਂ ਤੁਰਿਆ ਨਹੀਂ ਜਾਣਾ। ਲੋਕ ਕਹਿੰਦੇ ਨਹੀਂ ਜੀ ਅਸੀਂ ਤਾਂ ਚੱਲਾਂਗੇ। ਕਹਿੰਦੇ ਚਲੋ ਆ ਜਾਓ। ਤੁਰੇ ਗਏ, ਤੁਰੇ ਗਏ,
ਰਸਤੇ 'ਚ ਚਾਂਦੀ ਦੇ ਢੇਰ ਆ ਗਏ ਜੀ, ਇੱਧਰ ਵੀ ਚਾਂਦੀ ਦੇ ਢੇਰ, ਇੱਧਰ ਵੀ ਚਾਂਦੀ ਢੇਰ, ਜਿਹਨਾਂ ਜਿਹਨਾਂ ਨੂੰ ਚਾਂਦੀ ਮਿਲੀ ਉਹ ਚਾਂਦੀ ਚੱਕੀ ਉਹਨਾਂ ਨੇ, ਕਹਿੰਦੇ ਲੈ ਵੀ ਮਾਰੋ ਗੋਲੀ ਸੱਚ ਨੂੰ, ਆਪਣਾ ਕੰਮ ਤਾਂ ਬਣ ਗਿਆ, ਚਾਂਦੀ ਮਿਲ ਗਈ ਆਪਾਂ ਨੂੰ, ਕਾਫਲਾ ਅੱਧਾ ਰਹਿ ਗਿਆ ਜੀ। ਤਾਂ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ, ਲੋਕ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ, ਅਸੀਂ ਤਾਂ ਨਾਲ ਚੱਲਾਂਗੇ। ਗੁਰੂ ਸਾਹਿਬ ਕਹਿੰਦੇ ਰਸਤੇ ਔਖੇ ਆ ਸਕਦੇ ਆ, ਰਸਤੇ ਮੁਸ਼ਕਿਲ ਆ ਸਕਦੇ ਹੈ, ਕਹਿੰਦੇ ਨਹੀਂ ਜੀ ਚੱਲੇਂਗੇ ਸਾਥ ਨਹੀਂ। ਕਹਿੰਦੇ ਚਲੋ, ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ। ਹੁਣ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ, ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ, ਉਹ ਥੋੜ੍ਹਾ ਜਿਹਾ ਪਹਿਲਾਂ ਤੁਰ ਗਏ, ਆਪਾਂ ਨੂੰ ਸੋਨਾ ਮਿਲ ਗਿਆ, ਬੰਦੇ ਹੀ 10 ਰਹਿ ਗਏ ਜੀ। ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ, ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਤਲਾਂਗੇ, ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ। ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ, ਕਹਿੰਦੇ ਆਉਣ ਦਿਓ। ਤੁਰੇ ਗਏ ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜੀ। ਉਹ 10 ਬੰਦਿਆਂ ਨੇ ਹੀਰੇ ਮੋਤੀ ਚੱਕੇ, ਕਹਿੰਦੇ ਚਲੋ ਆਪਾਂ ਸੋਨੇ ਅਤੇ ਚਾਂਦੀ ਦੋਨਾਂ ਨਾਲੋਂ ਵੀ ਵਧੀਆ ਰਹਿ ਗਏ, ਚਲੋ ਚੱਲੀਏ। ਰਹਿ ਗਿਆ ਇਕੱਲਾ ਬਾਬਾ ਮਰਦਾਨਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ? ਬਾਬਾ ਮਰਦਾਨਾ ਕਹਿੰਦਾ ਹੱਥ ਜੋੜ ਕੇ, ਕਹਿੰਦਾ ਗੁਰੂ ਸਾਹਿਬ ਮੈਂ ਨਹੀਂ ਜਾਂਦਾ, ਮੈਂ ਤਾਂ ਉਹਨਾਂ ਤੋਂ ਅਮੀਰ ਹਾਂ, ਮੈਂ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ, ਨਾ ਤੇਰੇ ਕੋਲ ਚਾਂਦੀ ਹੈ, ਨਾ ਤੇਰੇ ਕੋਲ ਹੀਰੇ ਆ, ਨਾ ਤੇਰੇ ਕੋਲ ਮੋਤੀ ਹੈ, ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ? ਤਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਸਾਹਿਬ, ਕਹਿੰਦਾ ਉਹਨਾਂ ਕਾਮਲਿਆਂ ਨੂੰ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਤੁਰ ਗਏ। ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਉਹਨਾਂ ਤੋਂ ਅਮੀਰ ਹਾਂ? ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ, ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ, ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਨਾਲ ਹੋ ਸਕਦਾ ਜੀ? ਵੀਰੋ, ਪਿੰਡ ਦਾ ਪੰਚਾਇਤ ਦਾ ਮੈਂਬਰ ਕੌਣ ਬਣਾਉਂਦਾ? ਲੋਕ। ਸਰਪੰਚ ਕੌਣ ਬਣਾਉਂਦਾ? ਲੋਕ। ਬਲਾਕ ਸੰਮਤੀ ਦਾ, ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਅਤੇ ਪ੍ਰਧਾਨ ਕੌਣ ਬਣਾਉਂਦਾ? ਲੋਕ। MLA ਕੌਣ ਬਣਾਉਂਦਾ? ਲੋਕ। ਮੰਤਰੀ ਕੌਣ ਬਣਾਉਂਦੇ ਨੇ? ਲੋਕ। ਮੁੱਖ ਮੰਤਰੀ ਕੌਣ ਬਣਾਉਂਦੇ ਨੇ? ਲੋਕ। ਪ੍ਰਧਾਨ ਮੰਤਰੀ ਕੌਣ ਬਣਾਉਂਦੇ ਨੇ? ਲੋਕ। ਜਦੋਂ ਲੋਕ ਹੀ ਸਾਡੇ ਨਾਲ ਹੈ, ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ? ਆਹ ਗੱਲ ਕਹਿਣਾ ਹੈ ਆਪਣੇ ਤਾਂ ਚੋਣ ਨਿਸ਼ਾਨੀ ਬਹੁਤ ਵਧੀਆ, ਮਾਵਾਂ ਭੈਣਾਂ ਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਪੈਂਦੀ, ਇਹ ਤਾਂ ਸਵੇਰੇ 5 ਵਜੇ ਹਨੇਰੇ 'ਚ ਵੀ ਭਾਲ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ। ਆ ਤੁਸੀਂ ਬਹੁਤੇ ਖੁਸ਼ ਨਾ ਹੋ, ਜੇ ਲੋੜ ਪੈ ਜੇ ਸ਼ਾਮ ਨੂੰ ਵੀ ਭਾਲ। ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ, ਪਰ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ, ਰਾਣੀਆਂ ਵਾਲੇ ਉਹ ਹਿੰਦੁਸਤਾਨ ਸਾਫ਼। ਸੋ ਵੀਰੋ, ਆਪਾਂ ਨੂੰ ਲੜਾਉਂਦੇ ਆ, ਇੱਧਰਲਿਆਂ ਨੂੰ ਇੱਧਰਲਿਆਂ ਨੂੰ ਲੜਾਉਂਦੇ ਆ, ਕਹਿੰਦੇ ਜੇ ਇੱਧਰਲਿਆਂ ਨੂੰ ਵੋਟ ਪਾਤੀ ਇੱਧਰਲੇ ਤੁਹਾਡੇ ਮੰਗਲ ਸੂਤਰ ਖੋ ਲੈਣਗੇ, ਜੇ ਇੱਧਰਲਿਆਂ ਨੂੰ ਪਾਤੀ ਹੈ ਤੁਹਾਡੀਆਂ ਟੂਟੀਆਂ ਵੱਟ ਕੇ ਲੈ ਜਾਣਗੇ, ਇਹ ਆਹ ਕਰ ਦੇਣਗੇ। ਸਾਨੂੰ ਲੜਾਈ ਜਾਂਦੇ ਯਾਰ ਪਬਲਿਕ ਨੂੰ ਆਪਸ 'ਚ? ਵੀਰੋ, ਆਪਾਂ ਨੂੰ ਪਤਾ ਹੀ ਨਹੀਂ ਲੁੱਟਣ ਵਾਲੇ ਕੌਣ ਨੇ, ਆਪਾਂ ਇੱਕ ਦੂਜੇ 'ਚ ਹੀ ਲੁਟੇਰੇ ਭਾਲੀ ਜਾਂਦੇ ਹਾਂ। ਪੰਜਾਬ ਨੂੰ ਹਰਿਆਣੇ ਨਾਲ ਲੜਾਈ ਜਾਂਦੇ ਆ, ਕਦੋਂ ਉਹਦੇ ਲੜਾਈ ਜਾਂਦੇ ਆ? ਪੰਜਾਬ ਅਤੇ ਹਰਿਆਣੇ ਦੀ ਲੜਾਈ ਹੋਈ ਕੋਈ ਹੈ ਨਹੀਂ, ਕੋਈ ਲੜਾਈ ਨਹੀਂ, ਛੋਟੇ ਵੱਡੇ ਭਾਈ ਹਾਂ ਜੀ। ਹੁਣ ਤਾਂ ਰਿਸ਼ਤੇਦਾਰ ਪਹਿਲਾਂ ਵੀ ਤਾਂ ਹੈਗੀਆਂ ਸੀ, ਮੇਰੀ ਹੁਣ ਹੋਈ ਹੈ ਥੋੜ੍ਹੀ ਜਿਹੀ, ਹੁਣ ਤਾਂ ਰਿਸ਼ਤੇਦਾਰੀਆਂ ਵੀ ਨੇ। ਥੋੜ੍ਹੀ ਜਿਹੀ ਤਾੜੀਆਂ ਵੱਧ ਮਾਰ ਦਿਓ, ਮੈਂ ਘਰੇ ਜਾ ਕੇ ਰੋਟੀ ਵੀ ਖਾਣੀ ਹੈ। ਇੱਕ ਦੂਜੇ ਨਾਲ ਸਾਡੀਆਂ ਆਉਣੀਆਂ ਜਾਣੀਆਂ ਸਕੀਰੀਆਂ ਨੇ। ਵੀਰੋ, ਆਪਾਂ ਆਪਦੇ ਆਪ 'ਚ ਚੋਰ ਲੱਭੀ ਜਾਂਦੇ ਹਾਂ, ਚੋਰ ਕਿੱਥੇ ਨੇ ਦੱਸਦਾ ਮੈਂ ਤੁਹਾਨੂੰ। ਕਿਸੇ ਪਿੰਡ 'ਚ ਮੱਝਾਂ ਚੋਰੀ ਹੋਣ ਲੱਗ ਗਈਆਂ, ਇੱਕ ਰਾਤ ਨੂੰ 2 ਮੱਝਾਂ ਚੋਰੀ ਹੋ ਗਈਆਂ, ਅਗਲੇ ਦਿਨ ਪਿੰਡ 'ਚ ਤਰਥੱਲੀ ਮੱਚ ਗਈ, ਕਹਿੰਦੇ ਬਲਦੇਵ ਸਿੰਘ ਦੀਆਂ 2 ਮੱਝਾਂ ਚੋਰੀ ਹੋ ਗਈਆਂ, ਉਹ ਤੋਂ ਅਗਲੀ ਰਾਤ 1 ਮੱਝ ਹੋਰ ਚੋਰੀ ਹੋ ਗਈ, ਲੈ ਕਹਿੰਦੇ ਜਰਨੈਲ ਦੀ ਮੱਝ ਵੀ ਚੋਰੀ ਹੋ ਗਈ ਇੱਕ, ਉਹ ਤੋਂ ਅਗਲੀ ਰਾਤ 2 ਹੋਰ ਹੋ ਗਈਆਂ, ਲੈ ਕਹਿੰਦੇ ਨਰੇਸ਼ ਦੀਆਂ 2 ਮੱਝਾਂ ਚੋਰੀ ਹੋ ਗਈਆਂ। ਪਿੰਡ ਦੇ ਲੋਕ, ਇੱਕ ਪਿੰਡ ਦੀ ਜੂਹ ਤੇ ਇੱਕ ਸਾਧੂ ਮਹਾਤਮਾ ਰਹਿੰਦਾ ਸੀ, ਬੜੀ ਮਾਨਤਾ ਸੀ ਉਹਦੀ, ਲੋਕ ਮੰਨਦੇ ਸੀ ਉਹਨੂੰ। ਉਹਨੂੰ ਜਾ ਕੇ ਕਹਿੰਦੇ ਜੀ ਪਿੰਡ ਤੇ ਕਰੋਪੀ ਆ ਕੋਈ, ਉਹ ਪਿੰਡ ਤੇ ਕੋਈ ਸ਼ਨੀ ਦਾ ਗ੍ਰਹਿ ਕੀ ਹੋ ਗਿਆ, ਬਾਬਾ ਜੀ ਪਾ ਦੱਸੋ ਸਾਡੀਆਂ ਤਾਂ ਮੱਝਾਂ ਹੀ ਚੋਰੀ ਹੋਣ ਲੱਗ ਗਈਆਂ। ਉਹ ਬਾਬਾ ਸੰਤ ਫਕੀਰ ਕਹਿੰਦਾ ਕੋਈ ਖਾਸ ਗੱਲ ਨਹੀਂ,
ਇੱਕ ਚਾਦਰ ਲੈ ਲਿਓ, ਉਹ ਚਾਦਰ ਦੇ ਚਾਰੇ ਖੂੰਜੇ, ਚਾਰੇ ਕੋਨੇ, ਚਾਰ ਬੰਦੇ ਫੜ ਕੇ ਖੜ ਜਿਓ, ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ। ਜਦੋਂ ਹੀ ਮੱਝਾਂ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘੇ, ਉਹਨਾਂ ਨੂੰ ਦਿਲ ਦਾ ਦੌਰਾ ਪੈ ਜੂ, ਉੱਥੇ ਮਰ ਜਾਣਗੇ। ਉਹ ਗੱਲ ਨਿਬੜ ਗਈ, ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਊਂਸਮੈਂਟ ਕਰਤੀ, ਭਾਈ ਇੱਥੇ ਇਕੱਠੇ ਹੋ, ਚਾਦਰ ਦੇ ਥੱਲੋਂ ਦੀ ਲੰਘਣਾ। ਚਾਰ ਪਿੰਡ ਦੇ ਮੋਹਤਬਾਰ ਬੰਦੇ ਨੇ ਚਾਦਰ ਦੇ ਚਾਰ ਕੋਨੇ ਫੜ ਲਏ, ਐਂ ਖੜ ਗਏ ਤਾਂ ਕਰਕੇ। ਪਿੰਡ ਦੇ ਸਾਰੇ ਬੰਦੇ ਚਾਦਰ ਦੇ ਥੱਲੋਂ ਦੀ ਕੱਢੇ, ਕੋਈ ਨੀ ਮਰਿਆ। ਪਿੰਡ ਦੀਆਂ ਜਨਾਨੀਆਂ, ਮਹਿਲਾਵਾਂ, ਮਾਵਾਂ, ਭੈਣਾਂ ਚਾਦਰ ਦੇ ਥੱਲੋਂ ਦੀ ਕੱਢੀਆਂ, ਕੋਈ ਨੀ ਮਰੀ। ਚਲੋ ਕਹਿੰਦੇ ਬੱਚਿਆਂ ਵਾਲਾ ਵੀ ਵਹਿਮ ਮਟਾ ਲਈਏ, ਕਿਸੇ ਬੱਚੇ ਨੇ ਸ਼ਰਾਰਤ ਨਾ ਕਰਤੀ ਹੋਵੇ, ਬੱਚੇ ਵੀ ਥੱਲੋਂ ਦੀ ਕੱਢਤੇ ਪਿੰਡ ਦੇ, ਕੋਈ ਨੀ ਮਰਿਆ। ਉਹ ਸਾਰਾ ਪਿੰਡ ਲੰਘ ਗਿਆ ਰਾਣੀਆਂ ਵਾਲਿਓ, ਕੋਈ ਵੀ ਨੀ ਮਰਿਆ। ਪਤਾ ਕਿਉਂ? ਉਹ ਕਿਉਂਕਿ ਉਹ ਮੱਝਾਂ ਚੋਰੀ ਕਰਨ ਵਾਲੇ ਤਾਂ ਚਾਦਰ ਫੜ ਕੇ ਖੜੇ ਸੀ, ਮਰਦਾ ਕੌਣ? ਚੋਰ ਤਾਂ ਚਾਦਰ ਫੜ ਕੇ ਖੜੇ ਸੀ। ਇਹੀ ਗੱਲ ਕਹਿਣ ਆਇਆ, ਉਹ ਆਪਾਂ ਵੀ ਇਹੀ ਕਰੀ ਜਾਂਦੇ ਹਾਂ, ਚਾਦਰ ਬੇਈਮਾਨਾਂ ਨੂੰ ਫੜ ਰੱਖੀ ਹੈ ਤੇ ਆਪਾਂ ਆਪਸ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ। ਅਕਤੂਬਰ ਦੇ ਵਿੱਚ ਹਰਿਆਣੇ ਵਾਲਿਓ, ਪੰਜਾਬ ਤੇ ਦਿੱਲੀ ਵਾਂਗੂ ਚਾਦਰ ਇਮਾਨਦਾਰ ਬੰਦਿਆਂ ਦੇ ਹੱਥਾਂ 'ਚ ਫੜਾ ਦੋ, ਤੁਹਾਡੀਆਂ ਹਰ ਕਿਸਮ ਦੀਆਂ ਚੋਰੀਆਂ ਬੰਦ ਹੋ ਜਾਣਗੀਆਂ, ਮੈਂ ਗਰੰਟੀ ਲੈ ਕੇ ਕਹਿਣਾ ਤੁਹਾਨੂੰ, ਹਰ ਕਿਸਮ ਦੀਆਂ ਚੋਰੀਆਂ ਤੁਹਾਡੀਆਂ ਬੰਦ ਹੋ ਜਾਣਗੀਆਂ। ਇਹ ਸਮਝਿਆ ਕੀ ਹੋਇਆ ਇਹਨਾਂ ਨੇ ਆਪਣੇ ਆਪ ਨੂੰ? ਲੋਕ ਨੇ ਜੀ, ਲੋਕ ਪਤਾ ਲੋਕਾਂ ਨੂੰ ਵੱਡੇ ਮੰਨਦੇ ਆ। ਲੋਕ ਜਦੋਂ ਚਾਹੁਣ ਬੰਦਾ ਅਰਸ਼ ਤੇ, ਲੋਕ ਜਦੋਂ ਚਾਹੁਣ ਬੰਦਾ ਫਰਸ਼ ਤੇ। ਇਹ ਪਬਲਿਕ ਹੈ, ਸਭ ਜਾਣਦੀ ਹੈ। ਸੋ ਮੈਂ ਤਾਂ ਤੁਹਾਡੇ ਨਾਲ ਹਾਂ ਜੀ, ਤੁਹਾਡੇ ਨਾਲ ਹਾਂ। ਦੋ ਵਾਰੀ ਅਰਦਾਸ ਕਰਨ ਵਾਲੇ ਬੰਦੇ ਜੀ, ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਹਾਂ ਕਿ ਪਰਮਾਤਮਾ ਜੋ ਕਿਰਪਾ ਕੀਤੀ ਹੈ, ਬਲ ਬਖਸ਼ੀ, ਸਮਤ ਬਖਸ਼ੀ ਕਿ ਲੋਕਾਂ ਦੇ ਹੱਕ 'ਚ ਫੈਸਲੇ ਕਰੀਏ। ਲੋਕੋਂ ਕੋ ਅਕਸਰ ਕਹਿਤੇ ਸੁਣਾ ਹੈ, ਲੋਕੋਂ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਜਦੋਂ ਮਰਜ਼ੀ ਬੁਲਾ ਲਿਓ, ਜਦੋਂ ਮਰਜ਼ੀ ਮੈਨੂੰ ਇੱਥੇ ਪਿੰਡਾਂ 'ਚ ਬੁਲਾ ਲਿਓ, ਮੈਂ ਆ ਜਾਊਂਗਾ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਇਨਕਲੂਡ, ਥੋੜ੍ਹੇ ਜਿਹਾ ਹੋਰ ਜ਼ੋਰ ਦੀ ਲਾ ਦਿਓ, ਤਿਹਾੜ ਜੇਲ੍ਹ ਤੱਕ, ਕੇਜਰੀਵਾਲ ਤੱਕ ਪਹੁੰਚਣੇ ਚਾਹੀਦੇ ਆ ਤਾਂ ਕਿ ਪਤਾ ਲੱਗੇ ਵੀ ਹੋ ਰਿਹਾ ਕੁਛ। ਇਨਕਲੂਡ, ਇਨਕਲੂਡ, ਬੋਲੇ ਸੋਨਿਆ।